ਦੇ ਵਿੱਚ ਬਾਦਲੋ ਤੁਸੀਂ ਜ਼ਿੰਮੇਵਾਰ ਹੋ। ਤੁਸੀਂ ਉਹਦੀ ਪੁਸ਼ਤ ਪੜਾਈ ਕੀਤੀ ਹੈ, ਤੁਸੀਂ ਉਹਨਾਂ ਪੁਲਿਸ ਅਫਸਰਾਂ ਦੀ ਰੱਖਿਆ ਕੀਤੀ ਹੈ। ਕਿਹੜੇ ਪੁਲਿਸ ਅਫਸਰ ਤੇ ਕਾਰਵਾਈ ਕੀਤੀ ਹੈ, ਇੱਕ ਦਾ ਨਾਮ ਦੱਸ ਦਿਓ। ਤੁਸੀਂ ਬੇਨਤੀ ਕਰਾਂਗਾ ਬੰਦੀ ਸਿੰਘਾਂ ਦੀ। ਹੁਣ ਕਹਿੰਦੇ ਜੀ ਬੰਦੀ ਸਿੰਘ, ਬੰਦੀ ਸਿੰਘ ਬਣਾਏ ਕੀ ਨਹੀਂ ਹੈ। ਓਏ ਬਾਦਲੋ, ਤੁਸੀਂ ਵੀ ਗ੍ਰਿਫਤਾਰ ਕੀਤੇ ਆ ਦੋ ਵੱਧ ਜੋਧੇ ਜਿਹੜੇ ਜੇਲ੍ਹਾਂ 'ਚ ਬੈਠੇ ਆ। ਪਰ ਜਿਹੜਾ ਨੁਕਸਾਨ ਬਾਦਲਾਂ ਨੇ ਸਿੱਖ ਕੌਮ ਦਾ ਕੀਤਾ, ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਉਹ ਲੋਕ ਮਗਰਮੱਛ ਦੇ ਹੰਝੂ ਬਹਾਉਂਦੇ ਫਿਰਦੇ ਆ। ਸ਼ਹੀਦ ਭਾਈ ਗੁਰਦੇਵ ਸਿੰਘ ਕਿਉਂ ਕਦੇ ਘਰੇ ਜਾਂਦੇ ਆ ਕਿ ਅਸੀਂ ਤੁਹਾਡੇ ਨਾਲ, ਜੇ ਨਾਲ ਤਾਂ ਤੁਹਾਡੀ ਵੀ ਸਰਕਾਰ ਸੀ, ਤੁਹਾਡੇ ਮੁੱਖ ਮੰਤਰੀ ਨੂੰ ਰਿਪੋਰਟ ਸੌਂਪੀ ਸੀ, ਤੁਸੀਂ ਵੀ ਕਾਰਵਾਈ ਕਰਨੀ ਸੀ, ਤੁਸੀਂ ਕਿਉਂ ਨੀ ਕਾਰਵਾਈ ਕੀਤੀ? ਹੁਣ ਤੁਸੀਂ ਮਗਰਮੱਛ ਦੇ ਹੰਝੂ ਪਾਉਣੇ ਹੋ। ਦੱਸੋ ਕਿਸੇ ਇੱਕ ਪੁਲਿਸ ਅਫਸਰ ਦਾ ਨਾਂ ਦੱਸ ਦਿਓ, ਅਸੀਂ ਅੱਜ ਤੇ ਕਾਰਵਾਈ ਕੀਤੀ ਜਿਹਨੇ ਸਾਡੇ ਨੌਜਵਾਨਾਂ ਤੇ ਕੋ ਕੋ ਕੇ ਸ਼ਹੀਦ ਕੀਤਾ। ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਤਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਆਪ ਸਭ ਨੂੰ ਨਿਮਰਤਾ ਸਹਿਤ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਹਿਬਜ਼ਾਦੇ ਤੇ ਮਾਤਾ ਗੁਜਰ ਜੀ ਨੂੰ ਇੱਥੇ ਸਰਦਾ ਦੇ ਫੁੱਲ ਭੇਟ ਕਰਨ ਆਏ ਆ ਤੇ ਮੈਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਹੋਇਆ ਆਪਣੀ ਕੌਮ ਦੀ ਗੱਲ ਕਰਦਾ ਹੋਇਆ ਕਿ ਅੱਜ ਜੋ ਸਾਹਿਬਜ਼ਾਦਿਆਂ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਨੂੰ 1 ਜਨਵਰੀ 1992 ਨੂੰ ਸ਼ਹੀਦ ਕਰ ਦਿੱਤਾ ਸੀ, ਉਹਨਾਂ ਦੀ ਜਿਹੜੀ ਰਿਪੋਰਟ ਸੀ, ਜਿਹੜੀ ਉਹਨਾਂ ਨੂੰ ਸ਼ਹੀਦ ਕਰਨ ਦੀ ਇਨਕੁਆਇਰੀ ਬੀਪੀ ਤਿਵਾੜੀ ਉਸ ਸਮੇਂ ਦੇ DIG ਨੇ ਕੀਤੀ, ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 1999 ਦੇ ਵਿੱਚ ਉਹਦੇ ਰਾਜ ਦੇ ਵਿੱਚ ਉਹ ਰਿਪੋਰਟ ਸੌਂਪ ਦਿੱਤੀ ਕਿ ਤੁਹਾਡੀ ਪੁਲਿਸ ਨੇ ਤੇ ਆਹ ਪੁਲਿਸ ਦੇ ਅਫਸਰਾਂ ਨੇ ਗੁਰਦੇਵ ਸਿੰਘ ਕਿਉਂਕਿ ਜੋ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਪਰ ਮੈਂ, ਕਿਉਂਕਿ ਮੈਨੂੰ ਟਾਈਮ ਬਹੁਤ ਥੋੜਾ ਮਿਲਿਆ, ਮੈਂ ਇੱਕੋ ਹੀ ਗੱਲ ਕਰਾਂਗਾ ਕਿ ਅੱਜ ਉਹ ਲੋਕ ਮਗਰਮੱਛ ਦੇ ਹੰਝੂ ਬਹਾਉਂਦੇ ਫਿਰਦੇ ਆ। ਸ਼ਹੀਦ ਭਾਈ ਗੁਰਦੇਵ ਸਿੰਘ ਕਿਉਂਕਿ ਦੇ ਘਰੇ ਜਾਂਦੇ ਆ ਕਿ ਅਸੀਂ ਤੁਹਾਡੇ ਨਾਲ। ਉਹ ਜਥੇਦਾਰ, ਜੇ ਨਾਲ ਤਾਂ ਤੁਹਾਡੀ ਵੀ ਸਰਕਾਰ ਸੀ, ਤੁਹਾਡੇ ਮੁੱਖ ਮੰਤਰੀ ਨੂੰ ਰਿਪੋਰਟ ਸੌਂਪੀ ਸੀ, ਤੁਸੀਂ ਵੀ ਕਾਰਵਾਈ ਕਰਨੀ ਸੀ, ਤੁਸੀਂ ਕਿਉਂ ਨੀ ਕਾਰਵਾਈ ਕੀਤੀ? ਹੁਣ ਤੁਹਾਨੂੰ ਪਰਿਵਾਰ ਅੱਜ ਦਿਸ ਗਿਆ, ਪਹਿਲਾਂ ਪਰਿਵਾਰ ਕੈਨੇਡਾ ਗਿਆ ਸੀ, ਇੱਥੇ ਸੀ ਪਰਿਵਾਰ, ਕਿਉਂ ਨੀ ਕਾਰਵਾਈ ਕੀਤੀ? ਉਸ ਤੋਂ ਬਾਅਦ ਵੀ ਤੁਹਾਡੀਆਂ 2 ਵਾਰੀ ਸਰਕਾਰਾਂ ਆਈਆਂ, ਤੁਸੀਂ ਕਿਉਂ ਨੀ ਕਾਰਵਾਈ ਕੀਤੀ? ਜਿਹੜੇ ਪੁਲਿਸ ਅਫਸਰਾਂ ਦੀ ਰਹਿਨਮਾਈ ਹੇਠ ਗੁਰਦੇਵ ਸਿੰਘ ਕਿਉਂਕੇ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਤੁਸੀਂ ਪ੍ਰਮੋਸ਼ਨਾਂ ਦੇ ਕੇ DGP ਬਣਾਇਆ। ਇੱਥੇ ਹੀ ਨਹੀਂ, ਉਹਨਾਂ ਮੈਂ ਕਹੂੰ ਯਾਰ ਆਲਮਾ ਵਰਗੇ ਦੁਸ਼ਟ ਪੁਲਿਸ ਅਫਸਰਾਂ ਨੂੰ ਤੁਸੀਂ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ, ਉਹਦੇ ਘਰ ਵਾਲੀ ਨੂੰ MLA ਦੀ ਟਿਕਟ ਦਿੱਤੀ। ਮੈਂ ਇਹ ਕਹਿਣਾ ਕਿ ਸਾਡਾ ਨੌਜਵਾਨਾਂ ਦਾ ਜੋ ਕਾਂਡ ਕੀਤਾ, ਉਹ ਕਾਂਡ ਦੇ ਵਿੱਚ ਬਾਦਲੋ ਤੁਸੀਂ ਜ਼ਿੰਮੇਵਾਰ ਹੋ।
ਤੁਸੀਂ ਉਹਦੀ ਪੁਸ਼ਤ ਪੜਾਹੀ ਕੀਤੀ ਹੈ, ਤੁਸੀਂ ਉਹਨਾਂ ਪੁਲਿਸ ਅਫਸਰਾਂ ਦੀ ਰੱਖਿਆ ਕੀਤੀ ਹੈ, ਕਿਹੜੇ ਪੁਲਿਸ ਅਫਸਰ ਤੇ ਕਾਰਵਾਈ ਕੀਤੀ ਹੈ, ਇੱਕ ਦਾ ਨਾਮ ਦੱਸ ਦਿਓ ਤੁਸੀਂ। ਹੁਣ ਤੁਸੀਂ ਮਗਰਮੱਛ ਦੇ ਹੰਝੂ ਪਾਉਣੇ ਹੋ, ਦੱਸੋ ਕਿਸੇ ਇੱਕ ਪੁਲਿਸ ਅਫਸਰ ਦਾ ਨਾਂ ਦੱਸ ਦਿਓ, ਅਸੀਂ ਅੱਜ ਤੇ ਕਾਰਵਾਈ ਕੀਤੀ ਜਿਹਨੇ ਸਾਡੇ ਨੌਜਵਾਨਾਂ ਤੇ ਕੋ ਕੋ ਕੇ ਸ਼ਹੀਦ ਕੀਤਾ। ਤੇ ਅਗਲੀ ਗੱਲ ਮੈਂ ਬੇਨਤੀ ਕਰਾਂਗਾ ਬੰਦੀ ਸਿੰਘਾਂ ਦੀ। ਹੁਣ ਕਹਿੰਦੇ ਜੀ ਬੰਦੀ ਸਿੰਘ ਬਣਾਏ ਕੀ ਨਹੀਂ ਹੈ, ਓਏ ਬਾਦਲੋ ਤੁਸੀਂ ਵੀ ਗ੍ਰਿਫਤਾਰ ਕੀਤੇ ਆ, ਦੋ ਵੱਧ ਜੋਧੇ ਜਿਹੜੇ ਜੇਲ੍ਹਾਂ ਚ ਬੈਠੇ ਆ, ਇਹ ਤੁਸੀਂ ਵੀ ਗ੍ਰਿਫਤਾਰ ਕੀਤੇ ਆ, ਕਿਉਂ ਮਗਰਮੱਛ ਤੇ ਹੰਝੂ ਪਾਉਣੇ ਹੋ? ਤੇ ਮੈਂ ਕੌਮ ਨੂੰ ਬੇਨਤੀ ਕਰਦਾ ਕਿ ਕੌਮ ਸਚੇਤ ਹੋਵੇ ਲੂੰਬੜਾਂ ਤੋਂ, ਇਹਨਾਂ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ। ਪਹਿਲਾਂ ਇਹ ਤੁਹਾਡੇ ਸਾਹਮਣੇ ਹੁਣ ਇਹ ਨਸਰ ਕਰਦੇ ਆ ਕਿ ਅਸੀਂ ਸਿੱਖਾਂ ਦੇ ਹਮਦਰਦੀ ਆ, ਪਰ ਜਿਹੜਾ ਨੁਕਸਾਨ ਬਾਦਲਾਂ ਨੇ ਸਿੱਖ ਕੌਮ ਦਾ ਕੀਤਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਇਹਨਾਂ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ, ਇਹਨਾਂ ਨੇ ਸਰਸੇ ਵਾਲੇ ਸਾਧ ਨੂੰ ਮਾਫੀਆਂ ਦੇ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਚਾਇਆ, ਉਹਨਾਂ ਤੇ ਕੋਈ ਪਰਚਾ ਨਹੀਂ ਕੀਤਾ, ਉਹਦੀਆਂ ਫਿਲਮਾਂ ਲਵਾਈਆਂ, ਉਹਨਾਂ ਦੇ ਸਿਨੇਮਿਆਂ ਦੇ ਮੂਹਰੇ ਰੱਖਿਆ ਕੀਤੀ, ਉਹਦੀਆਂ ਚਰਚਾ ਘਰਾਂ ਦੀ ਰੱਖਿਆ ਕੀਤੀ, ਸਿੰਘਾਂ ਨੂੰ ਜੇਲ੍ਹਾਂ ਚ ਸਿੱਟਿਆ। ਆ ਸਾਰੇ ਬੈਠੇ ਆ, ਸਾਰਿਆਂ ਨੂੰ ਜੇਲ੍ਹਾਂ ਸਿੱਟਿਆ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ, ਇਨਸਾਫ ਮੰਗਦਿਆਂ ਨੂੰ। ਉਹ ਬਾਦਲੋ ਹੁਣ ਤੁਸੀਂ ਕਹਿੰਦੇ ਹੋ ਅਸੀਂ ਮਾਫੀ ਮੰਗਦੇ ਹਾਂ, ਉਹ ਤੁਹਾਡੀ ਤਾਂ ਸਰਕਾਰ ਸੀ, ਉਹ ਮਾਫੀ ਕਾਹਦੀ? ਪ੍ਰੇਮੀ ਗੁਰਦੁਆਰੇ ਦੀ ਕੰਧ ਤੇ ਲਿਖ ਕੇ ਲਾ ਗਏ ਕਿ ਸਿੱਖੋ ਅਸੀਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਅਗਵਾ ਕਰ ਲਿਆ, ਜੇ ਤੁਹਾਡੇ ਚ ਦਮ ਹੈ ਤਾਂ ਸਾਥੋਂ ਲੈ ਲਓ। ਤੇ ਤੁਸੀਂ ਤੁਹਾਡੀ ਸਰਕਾਰ ਸੀ, ਉਹ ਸਿੱਖਾਂ ਦੀ ਸਰਕਾਰ ਹੋਵੇ, ਉਹਨਾਂ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਸੀ, ਨਾ ਕਿ ਉਹਨਾਂ ਦੀ ਪੁਸ਼ਤ ਪਨਾਹੀ ਕਰਨੀ ਸੀ। ਤੇ ਮੈਂ ਅਖੀਰ ਦੇ ਵਿੱਚ ਅੱਜ ਇਸ ਧਾਰਮਿਕ ਸਟੇਜ ਤੋਂ ਸਮੁੱਚੀ ਕੌਮ ਨੂੰ, ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠੇ ਆ, ਉਹਨਾਂ ਨੂੰ ਬੇਨਤੀ ਕਰਦਾ ਕਿ ਇਹੀ ਸਾਹਿਬਜ਼ਾਦਿਆਂ ਨੂੰ ਸਰਦਾ ਦੇ ਫੁੱਲ ਹੋਣਗੇ ਕਿ ਅਸੀਂ ਵਾਅਦਾ ਕਰਦੇ ਆ ਕਿ ਜੋ ਸਾਹਿਬਜ਼ਾਦੇ ਸਾਨੂੰ ਰਾਤ ਖਾ ਕੇ ਗਏ ਆ, ਕਿ ਜਦੋਂ ਬਜੀਤੇ ਨੇ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ, ਉਹ ਕਹਿੰਦੇ ਅਸੀਂ ਜਾਵਾਂਗੇ, ਜਾ ਕੇ ਸਿੱਖਾਂ ਨੂੰ ਲਾਮਬੰਦ ਕਰਾਂਗੇ, ਲਾਮਬੰਦ ਕਰਕੇ ਅਸੀਂ ਫੇਰ ਜ਼ੁਲਮ ਦੇ ਨਾਲ ਟੱਕਰ ਲਵਾਂਗੇ, ਅਸੀਂ ਉਸੇ ਸਾਹਿਬਜ਼ਾਦਿਆਂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਐਸੇ ਤਰ੍ਹਾਂ ਦ੍ਰਿੜ ਇਰਾਦੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।